ਛੋਟੀ ਸੰਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਤਰੀ ਦੇ ਦੀਵਾਨ ਅੰਦਰ ਜਿੰਨੇ ਸਰੀਰ ਜੁੜੇ ਹੋ ਮਨ ਬਿਰਤੀਆਂ ਦੀ ਇਕਾਗਰਤਾ ਰਸਨਾ ਦੀ ਪਵਿੱਤਰਤਾ ਲਈ ਸਾਹਿਬੇ ਕਮਾਲ ਚੌਂਜੀ ਪ੍ਰੀਤਮ ਸਰਬੰਸ ਸਦਾਨੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀਨਤਾ ਸਹਿਤ ਪ੍ਰਵਾਨ ਕਰਨੀ ਕੋਈ ਵੀ ਜ਼ਬਾਨ ਰਸਨਾ ਵਾਂਝੀ ਨਾ ਰਹਿ ਜਾਏ ਸਾਰੀ ਸੰਗਤ ਆਖੋ ਜੀ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਥਾਏ ਕੇਵਲ ਪੰਛੀ ਚਾਤ ਕਿਉਂਕਿ ਮੈਂ ਕੋਈ ਵਿਦਵਾਨ ਜਾਂ ਕੋਈ ਧਨੰਤਰ ਵੈਦ ਨਹੀਂ ਹਾਂ। ਆਮ ਤੌਰ 'ਤੇ ਅਕਸਰ ਮੈਨੂੰ ਇਹ ਸਮਝਿਆ ਜਾਂਦਾ ਕਿ ਭਾਈ ਸਾਹਿਬ ਜੀ ਗਿਆਨੀ ਨੇ, ਪ੍ਰਚਾਰਕ ਨੇ, ਮਹਾਨ ਕੀਰਤਨੀ ਨੇ, ਇੱਦਾਂ ਦਾ ਕੁਛ ਨਹੀਂ। ਬਸ ਇਹ ਕਹਿ ਲਈਏ ਕਿ ਜਿਸ ਇੱਕ ਮੈਂ ਬੇਨਤੀ ਕਰਦਾ ਹੁੰਦਾ ਕਿ ਜਿਸ ਬੰਦੇ ਨੂੰ ਜ਼ਿਆਦਾ ਰੋਗ ਲੱਗੇ ਹੋਣ, ਦਵਾਈਆਂ ਖਾ ਖਾ ਕੇ ਅੱਧੇ ਇੱਕ ਡਾਕਟਰੀ ਜਾਣ ਜਾਂਦਾ, ਜਿਹਨੂੰ ਜ਼ਿਆਦਾ ਸਮੱਸਿਆਵਾਂ ਹੋਣ ਉਹ ਦੱਸ ਦੱਸ ਕੇ ਪ੍ਰਚਾਰਕ ਬਣ ਜਾਂਦਾ, ਇਸ ਤਰ੍ਹਾਂ ਦੀ ਹਾਲਤ ਕੁਝ ਮੇਰੀ। ਕੱਲ੍ਹ ਦੇ ਦੀਵਾਨ ਵਿੱਚ ਉਦੋਂ ਪਹਿਲਾਂ ਦੋ ਦੀਵਾਨ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੰਗਤ ਦਾ ਹੁਕਮ ਸੀ ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਸੰਖੇਪ ਰੂਪ ਵਿੱਚ ਫਿਰ ਸਾਡੇ ਸਾਹਮਣੇ ਰੱਖਿਆ ਜਾਏ ਅਤੇ ਮੈਂ ਬੇਨਤੀ ਕਰਦਿਆਂ, ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਆਉਂਦਾ, ਕਿਆ ਹੋ ਕਥੀ ਕਥੇ ਕੱਥ ਦੇਖਾਂ, ਮੈਂ ਅਕਥ ਨਾ ਕਥ ਨਾ ਜਾਣਾ। ਹੇ ਵਾਹਿਗੁਰੂ ਪਰਮੇਸ਼ਰ, ਤੈਨੂੰ ਜਾਣ ਜਾਣ ਕੇ ਇੰਨਾ ਕੁ ਜਾਣਿਆ ਹੈ, ਅਸੀਂ ਕੁਝ ਨਹੀਂ ਜਾਣ ਸਕਦੇ, ਤੇਰਾ ਪਾਰ ਅੰਤ ਨਹੀਂ ਪਾਇਆ ਜਾ ਸਕਦਾ, ਗੁਰੂ ਨਾਨਕ ਪਰਮੇਸ਼ਰ ਨੂੰ ਕਹਿ ਰਿਹਾ ਅਤੇ ਬਾਬਾ ਸੱਤ ਅਤੇ ਬਲਵੰਡ ਜੀ ਗੁਰੂ ਰਾਮਦਾਸ ਜੀ ਨੂੰ ਮੁਖਾਤਬ ਹੁੰਦੇ ਨੇ, ਅਟਲ ਅਥਾਹ ਅਤੁਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਇਹ ਗੁਰੂ ਰਾਮਦਾਸ ਮਹਾਰਾਜ, ਅੱਜ ਕੋਈ ਦੁਨੀਆ ਦਾ ਵਿਦਵਾਨ, ਕੋਈ ਖੋਜੀ, ਕੋਈ ਲੇਖਕ ਸਾਰੀ ਜ਼ਿੰਦਗੀ ਲਾ ਦੇ ਨਾ ਗੁਰੂ ਸਾਹਿਬਾਂ ਦੇ ਉੱਤੇ, ਅਖੀਰ ਉਹਨੂੰ ਵੀ ਲਿਖਣਾ ਪੈਣਾ। ਇੰਨਾ ਕੁ ਲਿਖਿਆ ਜਿੰਨਾ ਕੁ ਸਤਿਗੁਰ ਜੀ ਨੇ ਸਮਾਂ ਅਤੇ ਬੁੱਧ ਦਿੱਤੀ, ਉਹਤੋਂ ਬਾਅਦ ਅੱਗੇ ਕੀ ਹੈ ਮੈਂ ਦੱਸ ਨਹੀਂ ਸਕਦਾ। ਦੁਨੀਆ ਦੇ ਲੋਕ ਬੇਸ਼ੱਕ ਧਰਤੀ ਨੂੰ ਤੋਲ ਦੇਣ, ਅੱਜ ਦਾ ਵਿਗਿਆਨ ਵੀ ਕਿੰਨੀ ਕੁ ਭਾਰੀ ਹੈ ਦੱਸਦੇ ਨੇ, ਆਸਮਾਨ ਨੂੰ ਮਿਣ ਦੇਣ, ਸਮੁੰਦਰ ਦੀ ਡੂੰਘਾਈ ਨੂੰ ਨਾਪ ਦੇਣ, ਤਾਰਿਆਂ ਦੀ ਗਿਣਤੀ ਕਰ ਦੇਣ, ਮੰਨ ਲਵਾਂਗੇ। ਪਰ ਜੇ ਕੋਈ ਇਹ ਕਹੇ ਗੁਰੂ ਰਾਮਦਾਸ ਜੀ ਨੂੰ ਮੈਂ ਬਿਆਨ ਕਰ ਦੇਣ, ਨਹੀਂ, ਐਸਾ ਨਹੀਂ ਹੋ ਸਕਦਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਦੋਂ ਜੀਵਨ ਪੜ੍ਹਦੇ ਹਾਂ ਨਾ, ਤਾਂ ਅਸੀਂ ਇਹ ਪੜ੍ਹਦੇ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਲਾਹੌਰ ਦੀ ਧਰਤੀ, ਝੂਨਾ ਮੰਡੀ, ਪਿਤਾ ਹਰਦਾਸ ਜੀ, ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਹੋਇਆ, ਸਤਿਗੁਰੂ ਜੀ ਦੀ ਮਾਂ ਜੀ, ਪਿਤਾ ਜੀ ਅਕਾਲ ਚਲਾਣਾ ਕਰ ਗਏ, ਸਤਿਗੁਰੂ ਨਾਨੀ ਦੇ ਰਾਹੀਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚੇ, ਸਮੁੱਚਾ ਜੀਵਨ ਮਹਾਰਾਜ ਜੀ ਨੇ ਸਾਡੇ ਲਈ ਪ੍ਰੈਕਟੀਕਲੀ ਪੂਰਨੇ ਪਾਏ। ਮੈਂ ਫਿਰ ਬੇਨਤੀ ਕਰਦੇ, ਸਤਿਗੁਰਾਂ ਦੀ ਬਾਣੀ ਮਾਰਗ ਦਰਸ਼ਕ ਹੈ, ਉਸ ਮਾਰਗ 'ਤੇ ਚੱਲਣਾ ਕਿਵੇਂ ਹੈ ਉਹ ਇਤਿਹਾਸ ਹੈ। ਕਿਉਂਕਿ ਜੇ ਅੱਜ ਕੱਲ੍ਹੀ ਅਸੀਂ ਇਹੀ ਬਚਨ ਪੜ੍ਹਦੇ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਸੀਸ ਵੱਡੇ ਘਰ ਬੈਸਣ ਦੀਜੈ ਵਿਣ ਸਿਰ ਸੇਵਕਰੀ ਚ, ਜੇ ਇਹਦਾ ਪ੍ਰੈਕਟੀਕਲੀ ਕਦੇ ਭਾਈ ਦਇਆ ਸਿੰਘ ਦੇ ਸਿਰ ਤਲੀ 'ਤੇ ਨਾ ਰੱਖਿਆ ਹੁੰਦਾ, ਕਦੇ ਬਾਬਾ ਦੀਪ ਸਿੰਘ ਵਰਗੇ ਸਾਹਮਣੇ ਨਾ ਹੁੰਦੇ, ਤਾਂ ਅੱਜ ਵਾਲਿਆਂ ਦੇ ਸਾਡੇ ਪੈਰ ਲੱਗਣ ਦੇਣੇ ਸੀ? ਨਹੀਂ, ਪ੍ਰੈਕਟੀਕਲ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਡੀਜੈ ਕਾਣ ਨਾ ਕੀਜੈ। ਮਹਾਰਾਜ ਜੀ ਨੇ ਜਿੰਨੇ ਬਚਨ ਉਚਾਰੇ ਨੇ ਨਾਲ ਪ੍ਰੈਕਟੀਕਲੀ ਇਤਿਹਾਸ ਵਿੱਚ ਦੱਸ ਦਿੱਤਾ। ਜੇ ਸਤਿਗੁਰਾਂ ਨੇ ਬਚਨੇ ਕਹੇ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਵੇ ਤਾਂ ਇੱਕ ਹੀ ਰਾਜਾ ਦੁੱਖ ਵਿੱਚ, ਅਤੇ ਅੱਜ ਵਾਲੇ ਨੇ ਕਹਿਣਾ ਹੀ ਲਿਖਣੇ ਸੌਖੇ ਨੇ, ਮੰਨ ਕੇ ਵਿਖਾਉਂਦੇ। ਮਹਾਰਾਜ ਜੀ ਨੇ ਮੰਨ ਕੇ ਵੀ ਵਿਖਾਏ, ਕਦੇ ਤੱਤੀਆਂ ਤਵੀਆਂ ਨੇ, ਕਦੇ ਉਹ ਉਦਾਸੀਆਂ ਨੇ,
ਕਦੇ ਬਾਬਰ ਦੀਆਂ ਜੇਲ੍ਹਾਂ ਨੇ, ਕਦੇ ਗਵਾਲੀਅਰ ਦੇ ਕਿਲ੍ਹੇ ਨੇ, ਕਦੇ ਚਾਂਦਨੀ ਚੌਂਕ, ਕਦੇ ਚਮਕੌਰ ਦੀਆਂ ਗੜੀਆਂ ਅਤੇ ਸਰਹੰਦ ਦੀਆਂ ਕੰਧਾਂ ਨੇ, ਕਦੇ ਖੋਪਰ ਪੈ ਲੈਂਦੇ ਨੇ। ਦੱਸ ਦਿੱਤਾ ਅਸੀਂ ਦੁੱਖ ਅਤੇ ਸੁੱਖ ਨੂੰ ਇੱਕ ਸਮਾਨ ਸਮਝਦੇ ਹਾਂ, ਉਹ ਦਾਤੇ ਦੀ ਦਾਤ ਜਾਣਦੇ ਹਾਂ। ਉਹ ਮਿੱਤਰ ਪਿਆਰਾ ਆਨੰਦਪੁਰ ਸਾਹਿਬ ਦੇ ਕਿਲ੍ਹਿਆਂ ਵਿੱਚ ਵੀ ਯਾਦ ਸੀ, ਅੱਜ ਮਾਛੀਵਾੜੇ ਦੇ ਜੰਗਲਾਂ ਵਿੱਚ ਵੀ ਯਾਦ ਰਹਿੰਦਾ ਸਾਨੂੰ। ਸੱਥਰ ਚੰਗਾ ਅੱਜ ਵੀ ਉਹ ਯਾਦ ਹੈ, ਅਸੀਂ ਇੱਕ ਸਾਥਾਂ ਦੀ ਜ਼ਿੰਦਗੀ ਜਿਉਂਦੇ ਹਾਂ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ, ਸਤਿਗੁਰ ਜੀ ਨੇ ਟੰਟੀ ਕਲੀ ਕਰਕੇ ਸਾਨੂੰ ਦੱਸ ਦਿੱਤਾ, ਕਦੇ ਚਾਰ ਪੁੱਤਰ ਸੀ, ਕਦੇ ਚਾਰਾਂ ਚੋਂ ਇੱਕ ਵੀ ਨਹੀਂ, ਕਦੇ ਪਿਤਾ ਸਿਰ 'ਤੇ ਸੀ, ਅੱਜ ਸਿਰ ਕੋਟਲੀ 'ਚ ਬਚ ਗਿਆ ਹੈ ਦਿੱਲੀ। ਮਹਾਰਾਜ ਜੀ ਪਿਤਾ ਜੀ ਚਲੇ ਗਏ ਦੁਨੀਆ ਤੋਂ, ਸਤਿਗੁਰੂ ਕਹਿਣ ਲੱਗੇ ਨਹੀਂ, ਹੈ 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 ਸਭ ਜਗ ਭਰਿਓ, ਜੈ 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 ਸੁਰ ਲੋਕ। ਕੌਣ ਕਹਿੰਦਾ ਹੈ ਪਿਤਾ ਜੀ ਹੈ ਨਹੀਂ, ਜਿੱਦਣ ਕੁਝ ਵੀ ਨਹੀਂ ਸੀ ਉੱਦਣ ਵੀ ਸਨ, ਅੱਜ ਵੀ ਨੇ, ਜਿੱਦਣ ਕੁਝ ਨਹੀਂ ਬਚਣਾ ਉੱਦਣ ਵੀ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਜੋਤ ਹੋਏਗੀ। ਕੌਣ ਕਹਿੰਦਾ ਹੈ ਤਿੰਨ ਵਾਰੀ ਹੈ ਕਿਆ ਹੈ, ਉੱਥੋਂ ਕੋਈ ਹਾ ਹਾ ਦਾ ਨਹੀਂ, ਕੋਈ ਹਾਏ ਹਾਏ ਨਹੀਂ, ਇੱਦਾਂ ਦਾ ਕੁਛ ਨਹੀਂ। ਸਤਿਗੁਰੂ ਜੀ ਨੇ ਉਹ ਮਹਾਨ ਦਾਤਾਂ ਦਿੱਤੀਆਂ ਸਾਡੇ ਘਰ 'ਚ ਪ੍ਰੈਕਟੀਕਲੀ, ਆਹ ਮੈਂ ਕਰਕੇ ਦੱਸਦਾ। ਮਹਾਰਾਜ ਜੀ ਕਹਿੰਦੇ ਹੁਣ ਜਦੋਂ ਰੱਬ ਦੇ ਮਾਰਗ 'ਤੇ ਚੱਲਦੇ ਹਾਂ ਨਾ, ਅਤੇ ਕਈ ਵਾਰੀ ਜ਼ਿੰਦਗੀ 'ਚ ਘਟਨਾਵਾਂ ਵਾਪਰਦੀਆਂ ਨੇ, ਜਨਮ ਤਾਂ ਮਰਨਮ, ਹਰਖਨ ਤਾਂ ਸੋਗਮ, ਭੋਗਮ ਤਾਂ ਰੋਗਮ, ਮਿਲਿਆ ਅਤੇ ਵਿਛੋੜਾ ਵੀ ਪੈਣਾ, ਜਵਾਨੀ ਮਿਲੀ ਅਤੇ ਬੁੱਢੇ ਵੀ ਹੋਣਾ, ਜਿੰਨਾ ਮਰਜ਼ੀ ਆ ਕਾਲੇ ਕਰੀ ਜਾਓ ਚਿੱਟੇ ਹੋਣੇ, ਤਿਲ ਲਾ ਲਓ ਤੁਸੀਂ ਇਹ ਵੀ ਰਹਿਣੇ, ਕਾਲੇ ਨੇ ਚਿੱਟੇ ਵੀ ਆਉਣੇ। ਜਿਹੜਾ ਬੰਦਾ ਚਾਰ ਕੁ ਵਰ੍ਹਿਆਂ ਦਾ ਸਾਰਿਆਂ ਨੂੰ ਪਛਾਣਦਾ ਨਾ, 70 ਕੁ ਸਾਲਾਂ ਤੇ ਉਹਨੂੰ ਫਿਰ ਦੱਸਣਾ ਪੈਂਦਾ ਬਾਪੂ ਜੀ ਪਛਾਣਿਆ। ਚੇਤਨਤਾ ਅਚੇਤ ਪੁਣੇ 'ਚ ਬਦਲ ਗਈ, ਬੇਸਮਝੀ 'ਚ ਇਹ ਹੋਣਾ, ਜੰਮੇ ਨੇ ਮਰਨਾ। ਅਤੇ ਕਿਧਰੇ ਤੂੰ ਆਪਣੇ ਮਨ ਵਿੱਚ ਇਹ ਖਿਆਲ ਨਾ ਕਰ ਬੈਠੀ ਇਹ ਰੱਬੀ ਨਿਯਮ ਹੈ, ਉਸ ਰੱਬੀ ਨਿਯਮ ਨੂੰ ਸਮਝਣ ਲਈ ਯਤਨ ਕਰੀ, ਨਾ ਕਿ ਕਿੰਤੂ ਪਰੰਤੂ ਕਰਨ ਦੀ ਗੱਲ ਕਰੀ। ਵੇਖੋ ਜੀ, ਜਿਵੇਂ ਅੱਜ ਕਹਿੰਦੇ ਨੇ ਫਲਾਣਾ ਬੰਦਾ ਬਹੁਤ ਬਾਣੀ ਪੜ੍ਹਦਾ ਫਿਰ ਵੀ ਉਹਨੂੰ ਦੁੱਖ ਲੱਗੇ ਹੋਏ ਨੇ, ਫਲਾਣਾ ਸ਼ਰਾਬ ਪੀਂਦਾ ਚੰਗਾ ਭਲਾ ਤੁਰਿਆ ਫਿਰ, ਆ ਸਾਡੀ ਮਾਨਸਿਕਤਾ। ਇਹ ਸਰੀਰ ਭੋਗੀ ਹੈ, ਇਹ ਰੋਗੀ ਹੋਣਾ, ਪਰ ਇੱਕ ਮੰਜੇ 'ਤੇ ਪਏ ਭਾਈ ਹੀਰਾ ਸਿੰਘ ਵਰਗਿਆਂ ਦਾ ਪਾਸਾ ਮਾਰਿਆ ਗਿਆ ਸੀ, ਅਤੇ ਬਾਬਾ ਸਵਾਇਆ ਸਿੰਘ ਛਬੀਲ ਵਾਲੇ ਪਤਾ ਲੈਣ ਜਾਂਦੇ ਨੇ ਅੰਮ੍ਰਿਤਸਰ ਸਾਹਿਬ ਦੇ, ਔਰ ਜਿਹੜੀਆਂ ਛਬੀਲਾਂ ਉਹਨਾਂ ਨੇ ਲਾਈਆਂ ਸਨ, ਕੰਘੇ ਕੜੇ ਕਿਰਪਾਨਾਂ ਵੇਚਿਆ ਕਰਦੇ ਸੀ, ਇਹ ਕਿਰਤ ਸੀ ਉਹਨਾਂ ਦੀ, ਪਰ ਨਾਲ ਸੇਵਾ ਕਰਿਆ ਕਰਨੀ ਉਹਨਾਂ ਨੇ। ਭਾਈ ਸਾਹਿਬ ਕੀ ਹਾਲ ਹੈ, ਦੋਵੇਂ ਹੀ ਹੱਸ ਪਏ, ਕਹਿੰਦੇ ਸਰੀਰ ਬਿਮਾਰ ਹੈ, ਜ਼ਮੀਰ ਚੜ੍ਹਦੀ ਗਲਾ 'ਚ। ਸਰੀਰ ਬਿਮਾਰ ਹੈ, ਮੈਂ ਬਿਮਾਰ ਨਹੀਂ, ਮੈਂ ਚੜ੍ਹਦੀ ਕਲਾ ਵਿੱਚ ਹਾਂ, ਮਾਲਕ ਦੇ ਸ਼ੁਕਰ 'ਚ ਹਾਂ, ਮੇਰੀ ਆਤਮਾ ਤਾਂ ਆਕਾਸ਼ ਵਿੱਚ ਉਡਾਰੀਆਂ ਪਈ ਮਾਰਦੀ, ਸਰੀਰ ਮੰਜੇ 'ਤੇ ਦਿਸ ਰਿਹਾ। ਇਹ ਸਿੱਖ ਦੀ ਫਿਤਰਤ, ਇੱਕ ਚੰਗਾ ਭਲਾ ਸਰੀਰ ਬਾਹਰੋਂ ਵੇਖਣ ਨੂੰ ਵੀ ਬੜਾ ਤਕੜਾ ਹੈ, ਪਰ ਖਿਮਾ ਕਰਦਾ ਜੇ ਦੁਨੀ ਚੰਦਾਂ ਤੋਂ ਵੀ ਭੈੜਾ। ਉਹ ਤਾਂ ਕਹਿ ਰਿਹਾ ਵੀ ਉਹ ਭਾਵੇਂ ਬੇਈਮਾਨ ਸੀ, ਕੰਧ ਟੱਪ ਕੇ ਉਹਨੇ ਲੱਤ ਤੁੜਾਈ ਤੇ ਕੰਧ 'ਤੇ ਵੀ ਨਹੀਂ ਚੜ੍ਹ ਸਕਦਾ, ਇੰਨੇ ਨਿਰਬਲ ਨੇ। ਅਤੇ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਫਿਰ ਭਾਵੇਂ ਜੇਲ੍ਹਾਂ 'ਚ ਬੰਦ ਹੋਣ ਉੱਥੇ ਵੀ ਗਰਜਦੇ ਨੇ। ਅੱਜ ਵੀ ਉਹ ਕਿੰਨੀਆਂ ਜੇਲ੍ਹਾਂ 'ਚ ਕੈਦ ਕੀਤੇ ਹੋਏ ਨੇ, ਕਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੀਤਾ, ਕਦੇ ਗੁਰੂ ਨਾਨਕ ਸਾਹਿਬ ਨੂੰ ਕੀਤਾ, ਕਦੇ ਗੁਰੂ ਅਰਜਨ ਸਾਹਿਬ ਨੂੰ ਕੈਦ ਕੀਤਾ ਗਿਆ, ਗੁਰੂ ਤੇਗ ਬਹਾਦਰ ਸਾਹਿਬ ਨੂੰ, ਅੱਜ ਉਹਨਾਂ ਦੇ ਸਿੱਖ ਭਾਈ ਹਵਾਰੇ ਵਰਗੇ ਕੈਦ ਨੇ। ਉਹਨਾਂ ਦੀਆਂ ਹੱਥ ਘੜੀਆਂ ਵੀ, ਜੇਲ੍ਹਾਂ ਵੀ ਉਹਨਾਂ ਨੂੰ ਗੁਲਾਮ ਨਾ ਬਣਾ ਸਕੀਆਂ, ਅਤੇ ਕੁਝ ਕੁਰਸੀਆਂ 'ਤੇ ਬੈਠੇ ਹੋਏ ਗੁਲਾਮ ਨੇ, ਬੋਲ ਹੀ ਕੁਝ ਨਹੀਂ ਸਕਦੇ। ਫਿਤਰਤ ਹੈ ਨਾ ਬੰਦੇ ਦੀ, ਗੁਰੂ ਕੇ ਸਿੱਖ ਨੇ ਇਹਨੂੰ ਸਮਝਣਾ ਹੈ, ਜਨਮ ਹੋਇਆ ਹੈ ਮਰਨ ਵੀ ਹੋਣਾ ਹੈ, ਮਿਲਾਪ ਹੋਇਆ ਵਿਛੋੜਾ ਵੀ ਪੈਣਾ ਹੈ, ਪਰ ਜੇ ਜਨਮ ਦੇ ਉੱਤੇ ਸ਼ੁਕਰ ਕਰ ਰਿਹਾ ਹੈ ਤਾਂ ਮਰਨ 'ਤੇ ਵੀ ਕਰੀ। ਸਾਡੇ ਘਰ 'ਚ ਬਾਣੀ ਹੈ, ਹੋਰ ਕੁਛ ਨਹੀਂ। ਇਸ ਨੁਕਤੇ ਨੂੰ ਜਾਣਨ ਲਈ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਗੁਰੂ ਕੇ ਸਿੱਖਾ, ਬੇਸ਼ੱਕ ਦੁਨਿਆਵੀ ਤੌਰ 'ਤੇ ਭਾਣਾ ਵਾਪਰ ਜਾਏ, ਮਾਂ ਚਲੀ ਜਾਏ, ਪਿਤਾ ਚੱਲਿਆ ਜਾਏ, ਲੋਕ ਕਹਿਣ ਯਤੀਮ, ਪਰ ਤੂੰ ਕੀ ਕਹਿਣਾ ਹੈ, ਮੇਰੇ ਸਿਰ 'ਤੇ ਗੁਰੂ ਨਾਨਕ ਦਾ ਹੱਥ ਹੈ, ਗੁਰੂ ਅਮਰਦਾਸ ਦਾ ਹੱਥ ਹੈ, ਮੈਨੂੰ ਕੋਈ ਯਤੀਮ ਨਹੀਂ ਕਰ ਸਕਦਾ। ਯਤੀਮ ਕੌਣ ਹੈ,
निगुरे का है नाव बुरा जेड़ा पांच बाणियां तो भजदा है पंचा ककारा तो भजदा है अमृत तो बागी है एदे वर्गा कोई जतीम नहीं एदा हल भी कोई नहीं ते जेड़ा गुरु तो अमृत की दात लैके प्यो वाला बन गया उन्हों कोई जतीम नहीं कर सकता कोई खत्म नहीं कर सकता। घुंगड़िया बेचिया गई घुंगड़िया बेच के भी दानी हाँ ते जे गुरु अमरदास जी के घर की रहमत समझ ना हो खिमा कर दिया जे गोलकां भी खाण ते लगे हुए खाई जाते मत्था टेक जाते हो कहते कढ़ने किवें श्रोमणी कमेटी खा गए किन्नी खा गए दिल्ली खा गए प्रधान की गड्डी 80 लाख की गुरद्वारा घाटे च हालत है गुरुद्वारे घाटे च जा रहे हैं और उन्होंने प्रॉपर्टियां बन रही जथेदारा दी बनी जा रही एक वो ने एक घुंगड़िया वेच के भी दसवंध कढ़ के गुरु घर च सेवा करके आते हैं जिदे सिर ते हाथ हुंदा है सतगुरु जी का। उदों बाद आनंद कारज की गल चली मैं इस करके रिपीट कर रहा कि दोबारा मैं हुक्म सी जदों रिश्ते करते हो तो संतोखी ते दानी दे मेल मिलने लालची ते कजूस दे नहीं ताकि पति ते पत्नी कुड़मई कुड़माचारी परिवार भरा भाई एक दूजे च समा जाण ये ना कहण मेरा हक बनता है ये कहण मेरा फर्ज बनता है ते फर्ज बनता कौन आखो जिहदे कन्नां ते कंट्रोल है जबान ते कंट्रोल है मन ते कंट्रोल है वह कदे भी तलाक दे राह नहीं पैंदे वह तां चौथड़ी लाम मन सहज भया हर पाया बलराम जीओ गुरु रामदास महाराज जी कहते जिहदे सिर ते गुरु अमरदास जी हथ रख देण वह भैन वह बीबी भानी बन जाती है वह वीर गुरु रामदास बन जाता है जवाई पुत्र नौ धी सस मां कुड़म सेवक शरीक भरा एक दूजे च समा जाते हैं। गुरु अमरदास जी का सिर ते हथ रखा रखिया होवे असी शरीकां नूं भी भरा बना लैंदे ना होवे ते भरावां नूं भी शरीक बना देंदे। अज जिन्हें आप लड़ते पे हैं ना मैनू खिमा कर दे मैं किसी ते वार नहीं कर रहा असी जिन्ना माण करते कोई कहता जी मैं अकाली मैं टकसाली मैं मिशनरी हाँ मैं कहना सारे मन लो गुरु दियाँ शाखा और जेड़े लड़ रहे ने ना इन्हों कह दो भी जपजी साहब शुद्ध सुना दो जबानी जाप साहब सुना दो इन्हों आ नहीं होना बहुत मेरे वर्ग तुसी हुक्मनामा ही लैके सुना दो कि बहुत ही लड़ाई क्योंकि नितनेम है नहीं साडा अजर शक्ति खत्म हो गई जो नितनेम ही है नहीं टिका ही है नहीं असी तो जड़े खड़े गल पाओगे इतने भी मैं बड़े मिलते हैं फलानी गल में लैके उन्होंने एह जहा रिड़कना पाते हैं कि दो दो तीन तीन घंटे पुछो जपजी साहब पढ़िया सवेर का शाम सोधर की सोले का पाठ करता है टाइम ना नहीं जी अमृत छकिया तो सिर फसाउण कद तो आ गए जिन्हें कर लिया फिर वह सिर नहीं फसाउंदा वह कहिंदे मेरे को टाइम है नहीं क्यों टाइम किहदे लई कढ लैं आखां जीवां मेरा समा इधर निकल जांदा करा बाणी तो वेल नहीं मिलता बाकी की कम करिए इसलिए गुरु गुरमुख गुरु कृपा रहमत करे गुरमुख जी गुरु रामदास महाराज जी पूरने पाउंदे ने गुरु अमरदास जी का सिर ते हथ होवे जबान मिठी कन्न कौड़े बोलां नूं जर जांदे ने मन नीवा होवे ते शरीक भी भरा बनाए जा सकदे ने। आ प्रैक्टिकली जीवन महाराज जी ने लम्मा समा सेवा कीती पर कदे ये धार के ने कि मैनू गुरु घर च पदवी मिलनी है गद्दी प्राप्त होनी नहीं अरदास हमेशा एको ही रखी मेरे राम यह नीच कर्म हर मेरे ये गुरु रामदास जी दे बोल ने आपां ते अरदास भी करनी होवे ना महाराज जी के सामने भावें मैं ही कराउणा जां ते मैं भी ज्ञानी जी नूं कहना अरदास विच मेरा नाम सत्कार ना लैणा भाई साहब भाई बलदेव सिंह वडाला जी कहना हुण तुसीं किसे नूं एप्लीकेशन लिख दे थल्ले अपनी पछाण दास लिखदे हो गुलाम के जां मालक बन के लिखदे पर इत्थे मालक बन के अरदास कीती जांदी
ਗੁਰੂ ਰਾਮਦਾਸ ਮਹਾਰਾਜ ਜੀ ਹੋਰ ਸਾਡੇ ਲਈ ਕਿਰਪਾ ਕਰਦੇ ਨੇ, ਕਹਿੰਦੇ ਜਦੋਂ ਵੀ ਕਿਤੇ ਮਾਣ ਕਰੀ ਤੇ ਮਸਕੀਨ ਸਾਹਿਬ ਜੀ ਦੀ ਇੱਕ ਕਥਾ ਆਉਂਦੀ ਹੈ, ਕਹਿੰਦੇ ਆਪਣੇ ਔਗਣਾਂ ਤੇ ਮਾਣ ਕਰੀ ਗੁਣਾਂ ਤੇ ਨਹੀਂ। ਮੇਰੇ ਚ ਔਗਣ ਬਹੁਤ ਨੇ, ਗੁਣ ਤਾਂ ਕੋਈ ਨਹੀਂ। ਜੇ ਤੁਹਾਨੂੰ ਦਿਸਦਾ ਮੇਰੇ ਚ ਕੋਈ ਗੁਣ, ਉਹ ਮੇਰਾ ਨਹੀਂ, ਉਹ ਮੇਰੇ ਗੁਰੂ ਅਮਰਦਾਸ ਦਾ ਹੋ ਸਕਦਾ, ਮੇਰਾ ਨਹੀਂ, ਮੇਰੇ ਚ ਔਗਣ ਭਰੇ ਹੋਏ। ਧੰਨ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਨੇ, ਮਹਾਰਾਜ ਜੀ ਉੱਥੇ ਵੀ ਕਹਿੰਦੇ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮ ਹਰ ਜਾਣੋ, ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ, ਇਹ ਤੁਹਾਡੀ ਰਹਿਮਤ ਹੋਈ ਹੈ ਮੇਰੀ ਮਿਹਨਤ ਕੋਈ ਨਹੀਂ। ਤੁਸੀਂ ਇੱਥੇ ਆਏ ਹੋ ਪੰਜਾਬ ਦੀ ਧਰਤੀ ਤੋਂ, ਨੌਕਰੀ ਮਿਲ ਗਈ, ਚੰਗੇ ਪੈਸੇ ਕਮਾ ਲਏ, ਪਰ ਇਹਦਾ ਮਤਲਬ ਇਹ ਨਹੀਂ ਵੀ ਲੋਕਾਂ ਵੱਲ ਵੇਖ ਕੇ ਤੁਸੀਂ ਆਪਣੇ ਗੁਰੂ ਨੂੰ ਛੱਡ ਦਿਓ। ਅੰਮ੍ਰਿਤ ਨਹੀਂ ਛਕਣਾ, ਨਿਤਨੇਮੀ ਨਹੀਂ ਹੋਣਾ, ਇਖਲਾਕੀ ਤੌਰ 'ਤੇ ਜ਼ਿੰਦਗੀ 'ਚ ਕੋਈ ਡਿਸਿਪਲਨ ਨਹੀਂ, ਅਤੇ ਪੰਜਾਂ ਕਕਾਰਾਂ ਨੂੰ ਕੱਟੜਤਾ ਕਹਿ ਕਹਿ ਕੇ ਅਤੇ ਗੁਰਦੁਆਰੇ ਭੱਜ ਜਾਣਾ, ਇਹ ਬੇਈਮਾਨੀ ਜੇ ਇੱਥੇ ਸਫਲ ਨਹੀਂ ਜੇ ਹੋਇਆ ਜਾਣਾ, ਉੱਥੇ ਸੱਚੇ ਹੀ ਸੱਚ ਨਿਬੜਿਆ। ਜਿਸ ਗੁਰੂ ਨੇ ਅੰਮ੍ਰਿਤ ਲਈ ਬਾਣੀ ਬਾਣੇ ਲਈ ਆਪਣੇ ਪੁੱਤ ਤੱਕ ਕੁਰਬਾਨ ਕਰ ਦਿੱਤੇ, ਤੁਸੀਂ ਇੱਕ ਮਿੰਟ 'ਚ ਕਿਵੇਂ ਕਟੜ ਕਰ ਸਕਦੇ ਹੋ? ਕਿੰਨੇ ਹੱਕ ਦਿੱਤਾ? ਇਹ ਕਟੜਤਾ ਨਹੀਂ, ਇਹ ਸਿੱਖ ਲਾ ਹੈ। ਆਸਟ੍ਰੇਲੀਆ 'ਚ ਤੁਸੀਂ ਪੱਕੇ ਹੋਏ, ਜਿੰਨੇ ਫਾਰਮ ਮੰਗੇ ਗਏ ਤੁਸੀਂ ਭਰ ਕੇ ਆਏ, ਜਿੰਨੀਆਂ ਸ਼ਰਤਾਂ ਮਨਾਈਆਂ ਗਈਆਂ ਤੁਸੀਂ ਮੰਨ ਲਈਆਂ, ਬਸ ਮੈਨੂੰ ਪੱਕਾ ਕਰ ਦਿਓ ਜੋ ਕਹੋਗੇ ਮੈਂ ਕਰਾਂ। ਅਤੇ ਗੁਰੂ ਕਹਿੰਦਾ ਆ, ਤੈਨੂੰ ਅਨੰਦਪੁਰ ਸਾਹਿਬ ਦਾ ਵਾਸੀ ਬਣਾਉਂ, ਆ ਮੈਂ ਤੈਨੂੰ ਆਪਣਾ ਪੁੱਤਰ ਬਣਾਵਾਂ। ਉਹ ਫਾਰਮ ਭਰਨ ਤੋਂ ਕਿਉਂ ਆਪਾਂ ਝਿਜਕਦੇ ਹਾਂ? ਕਿੰਨਾ ਧੋਖਾ ਹੈ, ਕਿਉਂ ਡਰਦੇ? ਇਹ 'ਚ ਮੰਨਣਾ ਪੈਣਾ। ਮਹਾਰਾਜ ਜੀ ਕਹਿੰਦੇ ਇੱਥੇ ਹੁਕਮ ਮੰਨੀ, ਸੱਤ ਦਿਨ ਥੜਾ ਬਣਾਇਆ ਗਿਆ ਅਤੇ ਸੱਤੇ ਦਿਨ ਹੀ ਕਹਿੰਦੇ ਨੇ ਮੇਰੇ ਕੋਲ ਸਮਝ ਨਹੀਂ, ਬੇਸਮਝ ਆ, ਤੁਸੀਂ ਸਮਝਾ ਲਿਓ। ਭਾਵੇਂ ਸਮਝ ਤਾਂ ਹੈ ਪਰ ਪ੍ਰਗਟਾਵਾ ਬੇਸਮਝੀ ਦਾ ਕੀਤਾ ਜਾ ਰਿਹਾ, ਸਮਝਦਾ ਨਹੀਂ। 30 ਰਾਗਾਂ 'ਚ ਬਾਣੀ ਉਚਾਰ ਕੇ ਸਤਿਗੁਰ ਨੇ ਦਿੱਤੀ। ਚੋਣ ਕਰਨ ਵੇਲੇ ਮਹਾਰਾਜ ਜੀ ਕਹਿੰਦੇ ਚੋਣ ਵੀ ਕਰਨੀ ਹੈ ਕੱਲ੍ਹ ਨੂੰ, ਤੁਸੀਂ ਪੁੱਤਰ ਲਈ ਧੀ ਲੱਭਣੀ ਹੈ, ਧੀ ਲਈ ਪੁੱਤਰ ਲੱਭਣ, ਇਹ ਚੋਣ ਹੋਣੀ। ਘਰ ਨੂੰ ਚਲਾਉਣ ਵਾਸਤੇ ਘਰ ਦਾ ਆਗੂ ਲੱਭਣਾ, ਨਗਰ ਨੂੰ ਚਲਾਉਣ ਵਾਸਤੇ ਪਿੰਡ ਦਾ ਸਰਪੰਚ ਲੱਭਣਾ, ਗੁਰੂ ਘਰ ਨੂੰ ਚਲਾਉਣ ਵਾਸਤੇ ਭਾਈ ਗੁਰਦਾਸ ਬਾਬੇ ਬੁੱਢੇ ਲੱਭਣੇ ਨੇ। ਚੋਣ ਕਰਨ ਵੇਲੇ ਵੀ ਟਣਕਾ ਕੇ ਦੇਖ ਲਈ, ਕਿਵੇਂ? ਜਿਵੇਂ ਸ੍ਰੀ ਚੰਦ ਨੂੰ ਗੁਰੂ ਨਾਨਕ ਸਾਹਿਬ ਨੇ ਟਣਕਾਇਆ, ਬਾਬਾ ਲਹਿਣਾ ਜੀ ਦੀ ਚੋਣ ਹੋਈ, ਗੁਰੂ ਅਮਰਦਾਸ ਜੀ ਦੀ ਹੋਈ, ਗੁਰੂ ਰਾਮਦਾਸ ਜੀ ਦੀ ਹੋਈ, ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਚੋਣ ਹੋਣੀ ਸੀ। ਮਹਾਰਾਜ ਜੀ ਪਹਿਲੇ ਪ੍ਰਿਥੀ ਚੰਦ ਦੇ ਡਿਊਟੀ ਲਾਉਂਦੇ ਨੇ, ਪ੍ਰਿਥੀ ਚੰਦ ਵਿਆਹ ਜਾਣਾ, ਜਦੋਂ ਤੱਕ ਬੁਲਾਉਂਦੇ ਨਹੀਂ ਵਾਪਸ ਨਹੀਂ ਆਉਣਾ। ਮਹਾਰਾਜ ਜੀ ਵੇਖਣਾ ਚਾਹੁੰਦੇ ਨੇ ਦੇ ਅੰਦਰ ਗੁਣ ਪਿਤਾ ਪੁਰਖੀ ਨੇ ਕਿ ਪੰਚਾਇਤੀ ਨੇ। ਪਿਤਾ ਪੁਰਖੀ ਜਿਹੜੇ ਗੁਣ ਨੇ ਉਹ ਕਬਜ਼ਾ ਕਰਨ ਦੀ ਠਾਣਦੇ ਨੇ, ਪੰਚਾਇਤੀ ਗੁਣ ਕਬਜ਼ਾ ਛਡਾਉਣ ਦੀ ਠਾਣਦੇ ਨੇ। ਫਰਕ ਹੁੰਦਾ ਹੈ, ਪਿਤਾ ਪੁਰਖੀ ਹੱਕ ਮੰਗਦੇ ਨੇ, ਪੰਚਾਇਤੀ ਗੁਣ ਫਰਜ਼ ਅਦਾ ਕਰਦੇ ਨੇ। ਮਹਾਰਾਜ ਜੀ ਨੇ ਇੱਥੇ ਸਾਨੂੰ ਸਮਝਾਉਣ ਦੀ ਪ੍ਰਿਥੀ ਚੰਦ ਦੀ ਡਿਊਟੀ ਲਾਈ, ਉਹ ਕਹਿੰਦਾ ਮੈਂ ਜਾ ਨਹੀਂ ਜੀ ਸਕਦਾ, ਗਰਮੀ ਬਹੁਤ ਹੈ। ਮਹਾਰਾਜ ਜੀ ਸਮਝ ਗਏ ਜਿਹੜਾ ਹਾੜ ਦੀਆਂ ਧੁੱਪਾਂ ਨਹੀਂ ਸਹਾਰ ਸਕਦਾ, ਤੱਤੀ ਤਵੀ ਕਿਵੇਂ ਸਹਾਰ, ਮੁਸ਼ਕਲ। ਪ੍ਰਿਥੀ ਚੰਦ ਤੇਰੇ ਵੱਸ ਦੀ ਗੱਲ ਨਹੀਂ, ਅੱਜ ਤੁਸੀਂ ਗੁਰੂ ਘਰ ਦੇ ਵਿੱਚ ਸੇਵਾਦਾਰ ਚੁਣਨੇ ਨੇ, ਜਥੇਦਾਰ ਚੁਣਨੇ ਨੇ। ਚੁਣਨ ਤੋਂ ਪਹਿਲਾਂ ਦੇਖੋ ਕਿ ਉਹਦੇ ਅੰਦਰ ਸਿੱਖੀ ਦੀ ਗੱਲ ਹੈ, ਉਹ ਕਿਤਨਾ ਦਾ ਹੋਣਾ ਚਾਹੀਦਾ ਜਿਹਨੂੰ ਸਿੱਖ ਕਹਿੰਦੇ ਹੋ। ਅਤੇ ਮਹਾਰਾਜ ਜੀ ਨੇ ਫਿਰ ਮਰਿਆਦਾ ਵੀ ਦੱਸ ਦਿੱਤੀ ਗੁਰੂ ਰਾਮਦਾਸ ਮਹਾਰਾਜ ਜੀ ਨੇ, ਇਹਦਾ ਮਤਲਬ ਜੋ ਗੁਰੂ ਸਾਹਿਬ ਬਾਣੀ 'ਚ ਕਹਿ ਰਹੇ ਨੇ ਇਹ ਕਮਾ ਵੀ ਰਹੇ ਨੇ ਅਤੇ ਹੁਕਮ ਵੀ ਕਰ ਰਹੇ ਨੇ। ਹੁਕਮ ਕਰ ਦਿੱਤਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆ, ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਦਾ ਵੈ। ਮੈਂ ਪੁਰਾਣੇ ਬਜ਼ੁਰਗਾਂ ਦੀ ਵੀ ਗੱਲ ਕਰਦਾ ਅਤੇ ਅੱਜ ਵੀ ਟਾਵੇਂ ਟਾਵੇਂ ਹੈ,
ਆ ਸਾਡੇ ਵਾਲੇ ਤਾਂ ਹੁਣ ਪਤਾ ਨਹੀਂ ਕਾਮਰੇਡ ਬਣ ਗਏ ਨੇ ਵੀ ਰੱਬ 'ਤੇ ਭਰੋਸਾ ਹੀ ਨਹੀਂ ਹੈਗਾ ਨਾ। ਸਰੋਵਰਾਂ ਦਾ ਖੰਡਨ ਕਰੀ ਤੁਰੇ ਜਾਂਦੇ ਨੇ, ਸਾਡੇ ਗੁਰੂ ਨੇ ਦਿੱਤੇ ਨੇ। ਪਹਿਲੇ ਘਰੇ ਇਸ਼ਨਾਨ ਕਰਨਾ, ਉੱਥੇ ਜਾ ਕੇ ਟੂਟੀਆਂ 'ਤੇ ਕਰਦੇ ਨੇ, ਫਿਰ ਸਰੋਵਰ 'ਚ ਕਰਦੇ ਨੇ। ਕਹਿੰਦੇ ਤਨ ਦੀ ਪਵਿੱਤਰਤਾ ਹੋ ਗਈ। ਕਹਿੰਦੇ ਅੰਦਰ ਜਾ ਕੇ ਹਰਿਮੰਦਰ 'ਚ ਸਤਿਗੁਰਾਂ ਦੀ ਬਾਣੀ ਨਾਲ ਇਸ਼ਨਾਨ ਕਰਾਂਗੇ, ਮਨ ਦੀ ਵੀ ਪਵਿੱਤਰਤਾ ਹੋ ਜਾਏ। ਤੁਸੀਂ ਇੱਕ ਤੋਂ ਲੜੀ ਜਾਂਦੇ ਹੋ ਤਾਂ ਚਾਰ ਚਾਰ ਕਰੀ ਜਾ ਰਹੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਰੋਜ਼ ਮੰਗਦੇ ਹਾਂ ਆਪਾਂ। ਗੁਰੂ ਨੇ ਸਾਨੂੰ ਦਾਤ ਦਿੱਤੀ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਮਹਾਰਾਜ ਜੀ ਕਹਿੰਦੇ ਜੋ ਸਾਸ ਵਿਰਾਸ ਧਿਆਏ ਮੇਰਾ ਹਰ ਹਰ, ਜਿਹਨੂੰ ਕਦੇ ਮਾਲਕ ਵਿਸਰੇ ਨਹੀਂ, ਉਹ ਗੁਰੂ ਕਾ ਸਿੱਖ ਹੈ। ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਉਹ ਸਿੱਖ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ, ਨੌ ਦੁਆਰੇ ਸਾਧ ਸਾਧ ਕਹਾਇਆ, ਸੂਰ ਬੀਜ ਬਚਨ ਕੇ ਬਲੀ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਆਹ ਨੇ ਜੀ ਉਹ ਗੁਰੂ ਕੇ ਸਿੱਖ। ਚੋਣ ਕਰਨ ਵਾਲੇ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਜੀ। ਇੱਕ ਮੈਂ ਬੇਨਤੀ ਕਰਦਿਆਂ, ਗੁਰੂ ਘਰ ਦਾ ਕੀਰਤਨੀਆ ਸਿੱਖ ਸਦਭਾਵਨਾ ਦਲ ਦਾ ਸੇਵਾਦਾਰ ਹੋਣ ਨਾਤੇ ਅੱਜ ਗੁਰੂ ਰਾਮਦਾਸ ਬਣੋ। ਚਾਹੇ ਮੇਰੇ ਵਰਗੇ ਕੀਰਤਨੀਏ ਨੂੰ ਚੁਣਨਾ ਹੈ, ਉਹ ਕੀਰਤਨੀਆ ਕਿਤੇ ਕੀਰਤਨ ਨੂੰ ਰੋਜ਼ੀ ਰੋਟੀ ਬਣਾ ਕੇ ਨਾ ਵਰਤਦਾ ਹੋ, ਮੈਨੂੰ ਖਿਮਾ ਕਰ ਦੇ, ਕਿਉਂਕਿ ਅੱਜ ਬਹੁ ਗਿਣਤੀ ਮੇਰੇ ਵਰਗੇ ਕਲਾਕਾਰ ਤਾਂ ਬਹੁਤ ਨੇ ਪਰ ਕੀਰਤਨੀਏ ਘੱਟ ਨੇ। ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ, ਗੁਰੂ ਰਾਮਦਾਸ ਜੀ ਦੇ ਬੋਲ ਤੇ ਭਲੋ ਭਲੋ ਰੇ ਕੀਰਤਨੀਆਂ। ਹੁਣ ਕੀਰਤਨੀਆਂ ਲੱਭਣਾ ਬੜਾ ਔਖਾ। ਭਾਈ ਮਨਸਾ ਸਿੰਘ ਵਰਗਾ ਰੋਟੀ ਪਕਾਉਣ ਲਈ ਠੀਕਰ 'ਤੇ ਪਕਾਉਂਦੇ ਪਏ, ਸ਼ੇਰੇ ਪੰਜਾਬ ਨੂੰ ਪਤਾ ਲੱਗਿਆ ਭਾਈ ਸਾਹਿਬ ਕੀਰਤਨ ਬੜਾ ਸੁਰੀਲਾ ਕਰਦੇ ਨੇ, ਘਰ ਦੀ ਹਾਲਤ ਠੀਕ ਨਹੀਂ, ਚਲੋ ਜਾ ਉਹਨੇ ਆ ਸਾਡੇ ਕੋਈ ਆਵੇ ਹੀ ਬਿਨਾਂ ਪਾਣੀ ਤੋਂ ਮੌਜੇ ਲਾਈ ਫਿਰਦੇ। ਅਖੌਤੀ ਫਕਰੇ ਕੌਮਾਂ ਨੂੰ ਫਕਰੇ ਕੌਮ ਦੱਸੀ ਤੁਰੇ ਜਾਂਦੇ, ਸੱਚ ਬੋਲਣ ਤੋਂ ਵੀ ਮਰ ਚੁੱਕੀ ਹੈ ਜ਼ਮੀਨ, ਬਿਨਾਂ ਪਾਣੀ ਤੋਂ ਮੌਜੇ ਲਾ ਕੇ ਦੌੜਦੇ ਪਏ। ਇੱਥੇ ਸ਼ੇਰੇ ਪੰਜਾਬ ਘਰ ਆਇਆ, ਭਾਈ ਸਾਹਿਬ ਜੀ ਮੈਂ ਕੋਈ ਸੇਵਾ ਕਰਨਾ ਆ। ਕਹਿੰਦੇ ਸ਼ੇਰੇ ਪੰਜਾਬ ਮੈਨੂੰ ਇੱਕ ਗੱਲ ਦੱਸ, ਤੈਨੂੰ ਪੈਦਾ ਕਿੰਨੇ ਕੀਤਾ? ਹੱਥ ਜੁੜ ਗਏ। ਕਹਿੰਦਾ ਜੀ ਗੁਰੂ ਰਾਮਦਾਸ ਜੀ। ਕਹਿੰਦੇ ਮੈਨੂੰ ਪੈਦਾ ਕਿੰਨੇ ਕੀਤਾ? ਕਹਿੰਦੇ ਤੁਹਾਨੂੰ ਵੀ ਗੁਰੂ ਰਾਮਦਾਸ ਜੀ ਨੇ। ਅਤੇ ਫਿਰ ਕਹਿੰਦੇ ਗੁਰੂ ਰਾਮਦਾਸ ਜੀ ਨੂੰ ਨਹੀਂ ਪਤਾ, ਇੱਕ ਨੂੰ ਸ਼ੇਰੇ ਪੰਜਾਬ ਅਤੇ ਦੂਜੇ ਨੂੰ ਗਰੀਬ ਬਣਾਇਆ, ਪਤਾ ਹੈ ਉਹਨੂੰ? ਇਹਦਾ ਮਤਲਬ ਮੈਨੂੰ ਉਹ ਵੇਖਣਾ ਚਾਹੁੰਦਾ ਹੈ ਜਿਹੜਾ ਕੀਰਤਨ ਕਰਕੇ ਦੂਜਿਆਂ ਨੂੰ ਸੰਤੋਖ ਸਿਖਾ ਰਿਹਾ ਹੈ, ਇਹਦੇ ਅੰਦਰ ਸੰਤੋਖ ਕਿੰਨਾ ਕਰ। ਤੈਨੂੰ ਦਾਨੀ ਬਣਾ ਤਾ ਉਹਨੇ, ਔਰ ਉਹ ਵੇਖਣਾ ਚਾਹੁੰਦਾ ਤੂੰ ਦਾਨੀ ਕਿੰਨਾ ਕਰ। ਉਹਦੀ ਮੌਜ ਹੈ ਨਾ, ਇੱਕ ਨੂੰ ਬਾਦਸ਼ਾਹ ਬਣਾ ਕੇ ਦਾਨੀ ਬਣਾ ਕੇ ਵੇਖ ਰਿਹਾ ਹੈ, ਇਹ ਕਿੰਨਾ ਕਰ ਸਕਦਾ? ਇੱਕ ਨੂੰ ਸੰਤੋਖੀ ਬਣਾ ਕੇ ਵੇਖ ਰਿਹਾ, ਸੰਤੋਖੀ ਕਿੰਨਾ ਕਰ? ਜੇ ਗੁਰੂ ਰਾਮਦਾਸ ਜੀ ਨੂੰ ਇਹ ਮਨਜ਼ੂਰ ਹੈ ਤੇ ਸ਼ੇਰੇ ਪੰਜਾਬ ਮੈਂ ਤੇਰੇ ਕੋਲ ਪੈਸੇ ਕਿਉਂ ਲਊਂ, ਮੈਂ ਮੋਹਰਾ ਕਿਉਂ ਚੁੱਕੂ ਤੇਰੇ ਕੋਲ? ਪਰ ਖਿਮਾ ਕਰਦੇ ਆ ਜੇ ਮੇਰੇ ਵਰਗਾ ਤੇ ਸਮੇਤ ਸੈਣੀ ਦੀਆਂ ਅਰਦਾਸਾਂ ਕਰੀ ਜਾਂਦਾ ਜਿਹਨੇ ਸਾਡੇ ਬੱਚੇ ਮਾਰੇ, ਪੈਸੇ ਅਰਦਾਸ ਦੇ ਭੇਟਾਂ ਮਿਲਣੇ ਚਾਹੀਦੇ ਜਿਹਦੀ ਮਰਜ਼ੀ ਕਰਾਵੇ। ਕੀਰਤਨੀਏ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਇੰਨੇ ਮਹਾਨ ਸਤਿਗੁਰੂ ਜੀ ਨੇ ਸਾਰੀਆਂ ਦਾਤਾਂ ਸਮਝਾਈਆਂ, ਇਤਿਹਾਸ ਅੰਦਰ ਗੁਰਬਾਣੀ ਅੰਦਰ। ਤੁਹਾਡੀ ਚੋਣ ਵੀ ਭਾਈ ਮਨਸਾ ਸਿੰਘ ਵਰਗੀ ਹੋਵੇ, ਕਾਸ਼ ਕਿਤੇ ਮੈਨੂੰ ਉਹ ਕੀਰਤਨੀਆਂ ਮੇਰੇ ਘਰੇ ਆ ਕੇ ਕੀਰਤਨ ਕਰੇ। ਸ਼ੇਰੇ ਪੰਜਾਬ ਸੁਣਦੇ ਨੇ ਕੀਰਤਨ, ਉਦੋਂ ਬਾਅਦ ਗੁਰੂ ਘਰ ਦਾ ਸੇਵਾਦਾਰ ਲੱਭਣਾ। ਸਿਆਸੀ ਗੱਲ ਗੁਰਦੁਆਰੇ 'ਚ ਨਹੀਂ ਕੀਤੀ ਜਾ ਸਕਦੀ ਕਿ ਕੀਤੀ ਜਾ ਸਕਦੀ ਹੈ ਦੱਸਿਓ? ਗੁਰਦੁਆਰੇ 'ਚ ਸਿਆਸੀ ਗੱਲ ਕੀਤੀ ਜਾ ਸਕਦੀ ਨਹੀਂ। ਸਿਆਸੀ ਲੋਕ ਸ਼੍ਰੋਮਣੀ ਕਮੇਟੀ ਗੁਰਦੁਆਰੇ ਦੀ ਚੋਣ ਹੀ ਨਹੀਂ ਲੜ ਸਕਦੇ, ਗੱਲ ਵੀ ਨਹੀਂ ਕਰ ਸਕਦੇ। ਫਿਰ ਮੈਨੂੰ ਇਸ ਗੱਲ ਦਾ ਵੀ ਉੱਤਰ ਦਿਓ, ਤੁਸੀਂ ਸਿਆਸੀ ਲੋਕਾਂ ਨੂੰ ਪੰਥਕ ਕਿਵੇਂ ਮੰਨ ਲਿਆ? ਅੱਜ ਸਿਆਸੀ ਪਰਿਵਾਰ ਨੂੰ ਆਪਾਂ ਪੰਥਕ ਮੰਨ ਰਹੇ? ਮੈਂ ਸੱਚ ਦੀ ਗੱਲ ਕਰਾਂ ਤੇ ਭਾਈ ਸਾਹਿਬ ਸਿਆਸੀ ਹੋ ਗਏ ਨੇ, ਉਹੀ ਬੰਦੇ ਇੱਥੇ ਆ ਜਾਣ ਤਾਂ ਇਹ ਪੰਥਕ ਗੱਲ ਕਰ ਗਏ ਨੇ? ਦੱਸੋ, ਇਹਨੂੰ ਬਦਲੋ।
ਮੀਰੀ ਪੀਰੀ ਦੇ ਨਾਮ ਹੇਠ ਇਹਨਾਂ ਲੋਕਾਂ ਨੇ ਰੱਜ ਕੇ ਰਾਜਨੀਤੀ ਕੀਤੀ। ਮੀਰੀ ਪੀਰੀ ਦਾ ਤੇ ਸਿਧਾਂਤ ਹੀ ਵੱਖਰਾ, ਮੇਲੀ ਨਹੀਂ ਖਾ ਰਿਹਾ ਨਾਲ ਨਾਲ। ਇਸ ਲਈ ਅੱਜ ਗੁਰੂ ਘਰਾਂ ਦੀ ਜਦੋਂ ਚੋਣ ਕਰਦੇ ਹੋ ਨਾ, ਚੁਣਿਆ ਉਹਨੂੰ ਕਰੋ ਜਿਹੜਾ ਅੰਮ੍ਰਿਤਧਾਰੀ ਗੁਰੂ ਕਾ ਸਿੱਖ ਹੋਵੇ। ਇਹ ਨਹੀਂ ਵੀ ਫਲਾਣੇ ਬੰਦੇ ਨੇ ਪੈਸੇ ਵੱਧ ਗੁਰੂ ਘਰ ਲੈ ਆਉਂਦੇ ਅਤੇ ਉਹਨੂੰ ਵੱਧ ਵੱਡਾ ਅਹੁਦਾ ਦੇ ਦਿਓ, ਜਿੰਨੇ ਘੱਟ ਲਿਆਉਂਦੇ ਤਾਂ ਉਹਨੂੰ ਛੋਟਾ ਦੇ ਦਿਓ। ਇਹ ਪ੍ਰਪਾਟੀ ਬਦਲੋ। ਗੁਰੂ ਘਰ 'ਚ ਕੋਈ ਨਸ਼ਾ ਕਰਕੇ ਆ ਜਾਏ, ਅਸੀਂ ਉਹਦਾ ਕਚੂਮਰ ਕੱਢ ਦਿੰਦੇ। ਉਹ ਰਾਤ ਨੂੰ ਲਾਹਣ ਪੀ ਕੇ ਸੌਂਦਾ, ਸਵੇਰੇ ਨਹਾ ਕੇ ਆ ਜਾਂਦਾ, ਇਹ ਜੀ ਸਾਡੇ ਪ੍ਰਧਾਨ ਜੀ ਨੇ ਜੀ। ਆ ਗੁਰਦੁਆਰਿਆਂ 'ਚ ਮੈਂ ਵੇਖਦਾ ਬਹੁ ਗਿਣਤੀ, ਸਾਰੇ ਨਹੀਂ, ਟਾਵੇਂ ਟਾਵੇਂ ਬਚੇ।